ਸਤਿ ਸ਼੍ਰੀ ਅਕਾਲ ਜੀ, ਮੈਂ ਮੋਗਾ ਨਿਵਾਸੀ ਦਾ ਰਹਿਣ ਵਾਲਾ। ਮੇਰਾ ਨਾਮ ਕੇਵਲ ਕ੍ਰਿਸ਼ਨ ਹੈ। ਮੈਂ ਨਿਊਜ਼ ਪੇਪਰ ਦਾ ਕੰਮ ਡੀਲਰ ਹਾਂ। ਮੇਰਾ ਵਜ਼ਨ 139 ਕਿਲੋ ਆ, ਜਿਹਦੇ 'ਚ ਮੈਂ ਇੰਨਾ ਪਰੇਸ਼ਾਨ ਹੋ ਰਿਹਾ ਜੀ ਵੀ ਜਿੱਥੇ ਜਾਂਦਾ ਸੌਂ ਜਾਂਦਾ ਜੀ, ਨਹੀਂ ਜਾਂਦੇ ਕਾਰਨ ਹੁੰਦਾ ਨਹੀਂ ਜੀ। 10 ਸਾਲ ਤੋਂ ਮੈਂ ਆਇਆ, 2-3 ਦਿਨ ਨੇ ਮੈਨੂੰ ਕਿਹਾ, ਮੇਰਾ ਮਨ ਬਣਿਆ ਨਹੀਂ ਜੀ। ਪਰ ਮੈਂ ਪਿੱਛੇ 30 ਬੰਦੇ ਇੱਥੋਂ ਕਾਮਯਾਬ ਹੋ ਰਹੇ ਜੀ, ਅਤੇ ਅੱਜ ਮੇਰਾ ਮਨ ਬਣਿਆ। ਮੈਂ ਆਪਦੇ ਮਨ ਬਣਾ ਕੇ ਇੱਥੇ ਫਿਰ ਉਹ ਦਿਨ ਆਇਆ ਆਪਦਾ ਭੇਸ ਤਰ੍ਹਾਂ। ਅੱਜ ਮੇਰਾ ਮਨ ਪੱਕਾ ਬਣਿਆ। ਮੈਂ ਬਾਜ਼ਾਰ ਮੋਗਾ ਸ਼ਹਿਰ ਦੇ 30 ਬੰਦੇ ਵੇਖੇ, ਪਰ ਮੈਂ ਦੇਖਿਆ ਕੋਈ ਇੰਨੀ ਪੈਸਾ ਨਹੀਂ, ਸਭ ਕੁਝ ਹੁੰਦਾ, ਸਰੀਰ ਵੀ ਵੱਡਾ, ਆਪਦੇ ਆਪ ਨੂੰ ਠੀਕ ਕਰਨਾ। ਹਰ ਬੰਦਾ ਮੇਰਾ ਮਜ਼ਾਕ ਜਾਂਦਾ ਸੀ, ਮੈਨੂੰ ਮਜ਼ਾਕ ਨਾਲ ਤੋੜਦਾ ਜੀ। ਮੈਂ ਜੋ ਕੰਮ 'ਤੇ 2-4 ਬੰਦੇ ਬਹਿਣਾ, ਨਵੀਂ ਜ਼ਿੰਦਗੀ ਮਿਲੀ ਆ, ਉਹ ਦੱਸਦਾ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਹਨਾਂ ਨੇ ਮੇਰੇ ਅੰਦਰ ਮਨ ਬਣਾ ਕੇ ਮੈਨੂੰ ਇੱਥੇ ਬਣਾ ਨਵਾਂ ਜੀਵਨ ਦਿੱਤਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦੱਸਦਾ ਉਹਦਾ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕੇਵਲ ਕ੍ਰਿਸ਼ਨ ਹੈ। ਮੈਂ ਨਿਊਜ਼ ਪੇਪਰ ਏਜੰਸੀ ਡੀਲਰ ਹਾਂ। ਮੇਰਾ ਵਜ਼ਨ 107 ਕਿਲੋ ਸੀ ਜਿਹੜਾ ਜੀ, 15 ਦਿਨ ਪਹਿਲਾਂ ਮੇਰਾ ਆਪਰੇਸ਼ਨ ਹੋਇਆ, ਹੁਣ ਮੇਰਾ 15 ਕਿਲੋ ਭਾਰ ਘੱਟ ਹੋਇਆ। ਡਾਕਟਰ ਅਮਿਤ ਸਟੂਲ ਜੀ ਸੀ ਉਹ। ਮੈਂ ਐਕਟਿਵਾ ਚਲਾਉਂਦਾ ਸੌਂ ਜਾਂਦਾ ਸੀ, ਜਿੱਥੇ ਜਾਣਾ ਮੈਨੂੰ ਨੀਂਦ ਪਹਿਲਾਂ ਆਉਂਦੀ ਸੀ, ਕੰਮ ਮੈਂ ਕਰ ਨਹੀਂ ਪਾਉਂਦਾ ਸੀ। 10 ਸਾਲ ਨੂੰ ਮੈਨੂੰ ਪਤਾ ਸੀ ਬੰਬੇ ਦੇ ਕਰ ਰਹੇ ਆ ਪੱਲੇ 'ਚ। ਮੈਂ ਜੋ ਆਏ 10 ਸਾਲ ਨੂੰ ਤਿਆਰ ਕਿਹਾ, 10 ਸਾਲ ਮੇਰਾ ਕਰੋ ਹੱਲ। 10 ਸਾਲ ਨੇ ਮੈਨੂੰ ਬੁਲਾਇਆ, ਮੇਰੇ ਆਕਸੀਜਨ ਦੀ ਕਮੀ ਹੋਣ ਦੇ ਕਾਰਨ ਮੈਨੂੰ ਆਕਸੀਜਨ ਪੂਰੀ ਦਿੱਤੀ। ਫਿਰ ਹਰ ਪ੍ਰੇਸ਼ਨ 'ਤੇ ਪੈਸੇ ਦੀ ਲੋੜ ਦੇ ਕਾਰਨ ਉਹਨਾਂ ਨੇ ਮੈਨੂੰ ਉਹ ਵੀ ਤਿਆਰ ਹੋ ਜਾਂਦੇ, ਪੈਸੇ ਦੀ ਟੈਨਸ਼ਨ ਨਾ ਲਏ। ਵਾਹ, ਉਹਨਾਂ ਨੇ ਮੇਰਾ ਉਹ ਵੀ ਹੱਲ ਕਰਤੇ, ਪ੍ਰੇਸ਼ਨ ਦਿੱਤਾ, ਜਿਹੜਾ ਮੇਰਾ ਅੱਜ ਮੈਂ ਬਿਲਕੁਲ ਠੀਕ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਮਸਤੇ। ਮੈਂ ਇਹਨਾਂ ਦੀ ਵਾਈਫ ਕੇਵਲ ਕ੍ਰਿਸ਼ਨ ਜੀ ਦੀ ਵਾਈਫ ਚਾਲੂ ਹਾਂ। ਜਿਵੇਂ ਇਹਨਾਂ ਨੇ ਦੱਸਿਆ, ਆਪਣੇ ਸਰੀਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ, ਇਹਨਾਂ ਨੂੰ ਫੈਟ ਕਰਕੇ ਬੜੀ ਪ੍ਰੋਬਲਮ ਆਉਂਦੀ ਸੀਗੀ, ਇਹਨਾਂ ਦਾ ਬਿਜ਼ਨਸ ਵੀ ਇੰਨਾ ਮੁਸ਼ਕਿਲ ਹੈ ਕਿ ਸਵੇਰੇ 3:30-4 ਵਜੇ ਉੱਠਣਾ, ਅਤੇ ਤੁਸੀਂ ਜਾਣਦੇ ਹੋ ਕਿ ਜਦੋਂ ਇੰਨੀ ਨੀਂਦ ਖਰਾਬ ਹੁੰਦੀ ਹੈ ਅਤੇ ਸਾਰਾ ਕੰਮ ਧੰਦਾ ਤਾਂ ਸਾਰਾ ਖਰਾਬ ਹੋ ਹੀ ਜਾਂਦਾ ਹੈ। ਇਹਨਾਂ ਨੂੰ ਆਕਸੀਜਨ ਦੀ ਇੰਨੀ ਕਮੀ ਸੀ ਫੈਟ ਦੇ ਕਰਕੇ ਕਿ ਇਹਨਾਂ ਤੋਂ ਕੋਈ ਕੰਮ ਨਹੀਂ ਸੀ ਹੁੰਦਾ। ਇਹਨਾਂ ਨੇ ਬੈਠੇ ਬੈਠੇ ਸੌ ਜਾਣਾ, ਐਕਟਿਵਾ ਚਲਾਉਂਦੇ ਸੌ ਜਾਣਾ, ਚਾਹ ਪੀਂਦੇ ਹੋਏ ਤਾਂ ਸੌ ਜਾਣਾ, ਗੁੜੀਆਂ ਨੇ ਸਕੂਲ ਛੱਡਣ ਜਾਣਾ, ਉਹ 'ਚ ਬੜੀ ਪ੍ਰੋਬਲਮ ਆਉਣੀ, ਗੁੜੀਆਂ ਨੇ ਵਾਰ ਵਾਰ ਇਹਨਾਂ ਨੂੰ ਹਿਲਾਈ ਜਾਣਾ, ਜਗਾਈ ਜਾਣਾ, ਪਾਪਾ ਜੀ ਆਪ ਜਾਗ ਰਹੇ ਹੋ, ਬੜੀ ਪਰੇਸ਼ਾਨੀ ਆਉਣੀ। ਤੁਹਾਨੂੰ ਪਤਾ ਕਿ ਬਿਜ਼ਨਸ ਵੀ ਸਾਰੀ ਖਰਾਬੀ ਆ ਜਾਂਦੀ ਹੈ ਜੇ ਬੰਦਾ ਆਪ ਐਕਟਿਵ ਨਾ ਹੋਵੇ ਤਾਂ। ਫਿਰ ਸਾਨੂੰ ਡਾਕਟਰ ਅਮਿਤ ਸੂਰ ਜੀ ਨਾਲ ਸਾਡਾ ਮੁਲਾਕਾਤ ਹੋਈ, ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਇਹਨਾਂ ਨੇ ਇੱਕ ਰੱਬ ਦੇ ਵਾਂਗੂ ਹੀ ਸਾਨੂੰ ਇੰਨਾ ਸਪੋਰਟ ਕੀਤਾ ਕਿ ਸਾਡੀ ਜ਼ਿੰਦਗੀ ਨੂੰ ਨਵਾਂ ਮੋੜ ਮਿਲਿਆ, ਅਤੇ ਇਹਨਾਂ ਨੇ ਮੇਰੀ ਹਸਬੈਂਡ ਦੀ ਜ਼ਿੰਦਗੀ ਨੂੰ ਇੱਕ ਨਵਾਂ ਜਨਮ ਦਿੱਤਾ ਕਿ ਅੱਜ ਨੂੰ ਬਹੁਤ ਜ਼ਿਆਦਾ ਸੌਖੇ ਹੈ। 15 ਦਿਨਾਂ ਦੇ ਅੰਦਰ ਹੀ ਅਸੀਂ ਇਹਨਾਂ ਦਾ ਰਿਜ਼ਲਟ ਦੇਖਿਆ। ਇਹ 'ਚ ਗੱਲ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਓਪਰੇਸ਼ਨ ਕਰਾਓ ਕਿ ਸਭ ਤੋਂ ਮੁੱਖ ਪਾਤਰ ਇੱਕ ਪੈਸਾ ਆਉਂਦਾ ਹੈ। ਉਹ ਸਾਡੇ ਕੋਲ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਨੂੰ ਇੱਕ ਇਨਸਾਨੀਅਤ ਦੇ ਨਾਤੇ ਇੰਨੀ ਸਪੋਰਟ ਕੀਤੀ ਕਿ ਤੁਸੀਂ ਪੈਸੇ ਨੂੰ ਨਾ ਦੇਖੋ, ਤੁਸੀਂ ਆਪਣਾ ਇਲਾਜ ਕਰਵਾਓ, ਮੈਂ ਤੁਹਾਡੇ ਨਾਲ ਹਾਂ। ਉਹਨਾਂ ਨੇ ਸਾਨੂੰ ਹਰ ਪੱਖੋਂ ਬੜੀ ਜ਼ਿਆਦਾ ਸਪੋਰਟ ਕੀਤੀ। ਇੱਥੋਂ ਦਾ ਸਟਾਫ ਬੜਾ ਫੈਮਿਲੀ ਮੈਂਬਰ ਵਾਂਗੂ ਬਿਹੇਵ ਕਰਦਾ ਹੈ। ਸਾਨੂੰ ਦੁੱਖਾਂ ਦਾ ਪਤਾ ਨਹੀਂ ਚੱਲਿਆ ਕਿ ਸਾਡਾ ਦੁੱਖ ਕਿੱਧਰ ਚਲਾ ਗਿਆ, ਅਤੇ ਅੱਜ ਨੂੰ ਅਸੀਂ ਬਹੁਤ ਸੌਖੇ ਹਾਂ। ਅਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਕਹੂੰਗੀ ਕਿ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈ, ਉਹ ਆਪਣੀ ਮੁਸ਼ਕਿਲ ਤੋਂ ਰਾਹਤ ਪਾਉਣ ਲਈ ਡਾਕਟਰ ਅਮਿਤ ਸੂਰ ਜੀ ਨੂੰ ਜ਼ਰੂਰ ਮਿਲੋ, ਕਿਉਂਕਿ ਜੇ ਫੈਟ ਹੈ, ਫੈਟ ਦੇ ਨਾਲ ਤੁਹਾਨੂੰ ਸਾਹ ਲੈਣ 'ਚ ਦਿੱਕਤ ਆਏਗੀ, ਉਹਦੇ ਨਾਲ ਤੁਹਾਨੂੰ ਹਾਰਟ ਦੀ ਪਰੇਸ਼ਾਨੀ ਬਹੁਤ ਹੋਏਗੀ, ਹਾਰਟ ਅਟੈਕ ਹੋਣ ਦਾ ਡਰ ਰਹੇਗਾ, ਤੁਹਾਨੂੰ ਕੁਛ ਵੀ ਨਹੀਂ ਪਤਾ ਚੱਲੇਗਾ, ਤੁਸੀਂ ਜਗ੍ਹਾ ਜਗ੍ਹਾ ਬੈਠੇ ਸੋ ਜਾਓਗੇ, ਅਤੇ ਉਹਦੇ ਨਾਲ ਸਰੀਰ 'ਚ ਕਿੰਨੀ ਸਾਰੀ ਪਰੇਸ਼ਾਨੀਆਂ ਖੜ੍ਹੀਆਂ ਹੋ ਜਾਣਗੀਆਂ। ਅਤੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਖੁਸ਼ੀ ਅਤੇ ਸੁਖੀ ਜੀਵਨ ਕੱਢ ਸਕੋ, ਤਾਂ ਡਾਕਟਰ ਅਮਿਤ ਸੂਰ ਜੀ ਨੂੰ ਜ਼ਰੂਰ ਮਿਲੋ ਤਾਂ ਕਿ ਤੁਹਾਡੀ ਜੀਵਨ ਖੁਸ਼ੀ ਹੋ ਸਕੇ। ਧੰਨਵਾਦ ਜੀ।